ਸਾਡੇ ਇਲਾਕੇ ਚੋਂ ਵੀ ਕਈ ਸੱਜਣ ਆਏ ਹੈ, ਆਪੋ ਆਪਣੀਆਂ ਗੱਡੀਆਂ ਕਰਾ ਕੇ ਆਏ ਹੈ, ਮੇਰੇ ਪਿੰਡੋਂ ਵੀ ਸੱਜਣ ਆਏ ਹੋਏ ਹੈ। ਮੇਰੀ ਬੇਨਤੀ ਹੈ ਵੀ ਪਲੀਜ਼ ਆਪਾਂ ਥੋੜ੍ਹਾ ਥੋੜ੍ਹਾ ਸਮਾਂ ਦਿਓ। ਬਿਲਕੁਲ ਬਿਲਕੁਲ, ਸਾਰੇ ਪਿਆਰ ਦੇ ਨਾਲ ਬੈਠ ਜਾਓ, ਸਾਰੇ ਬੈਠ ਜਾਓ। ਇੱਕ ਬੇਨਤੀ ਹੈ, ਮੋਹਣ ਵੀਰ ਨੇ ਮੈਨੂੰ ਵੀਰ ਨੇ ਆਖਿਆ ਵੀ ਜਿਹੜਾ ਹਾਰਲੇ ਤੇ ਮੋਟਰਸਾਈਕਲ ਆ ਉਹ 7 ਵਜੇ ਤੋਂ ਬਾਅਦ ਆਪਾਂ ਉਹਦਾ ਲੱਕੀ ਡਰਾ ਕੱਢਾਂਗੇ। ਬੇਨਤੀ ਹੈ ਮੇਰੀ ਵੀਰ। ਇੱਕ ਬੇਨਤੀ ਹੋਰ, ਅਸੀਂ ਮਾਫੀ ਚਾਹੁੰਦੇ ਹਾਂ। ਕਈ ਦਰਸ਼ਕ ਸੋਚਦੇ ਹੋਣਗੇ ਯਾਰ ਵੀ ਐਡਾ ਵੱਡਾ ਕੱਪ ਕਰਾਇਆ ਵੀ ਇੰਨਾ ਛੋਟਾ ਗਰਾਊਂਡ ਕਿਉਂ। ਇੱਕ ਬੰਦੇ ਦਾ ਸੁਪਨਾ ਹੁੰਦਾ ਹੈ ਛੋਟੇ ਹੁੰਦਿਆਂ ਤੋਂ, ਮੇਰੇ ਵੀਰੋ ਮੋਹਣ ਵੀਰ ਹੋਣਾ ਨੇ ਦਿਲਾਵਰ ਹੋਣਾ ਦਾ ਇੱਕ ਸੁਪਨਾ ਸੀਗਾ ਵੀ ਅਸੀਂ ਇਸ ਗਰਾਊਂਡ ਦੇ ਵਿੱਚ ਦੁਨੀਆਂ ਦੇ ਸਟਾਰ ਜਿਹੜੇ ਖਿਡਾਉਣੇ ਆ। ਔਰ ਅੱਜ ਜੇ ਕਿਸੇ ਨੂੰ ਇੱਥੇ ਤਕਲੀਫ ਆ ਰਹੀ ਆ ਤਾਂ ਉਹ ਤਕਲੀਫ ਤੁਹਾਨੂੰ ਨਹੀਂ, ਉਹ ਸਾਨੂੰ ਆ ਰਹੀ ਆ ਵੀਰ ਕਹਿੰਦੇ ਆ, ਮਾਫੀ ਚਾਹੁੰਦੇ। ਆਓ ਜੀ। ਹੈਲੋ, ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ। ਭਾਅ ਜੀ ਰੀਅਲੀ ਰੀਅਲੀ ਸੌਰੀ ਭਾਅ ਜੀ, ਮੈਨੂੰ ਸਾਨੂੰ ਪਤਾ ਨਹੀਂ ਸੀਗਾ ਵੀ ਤੁਸੀਂ ਸਾਨੂੰ ਇੰਨਾ ਜ਼ਿਆਦਾ ਪਿਆਰ ਦੇਵੋਗੇ। ਬੱਚਾ ਭਾਅ ਜੀ, ਅਗਲੀ ਵਾਰੀ ਮੇਰਾ ਪ੍ਰੋਮਿਸ ਆ, ਇਹ ਤੋਂ 10 ਗੁਣਾ ਵੱਡਾ ਚੀਜ਼ਾਂ ਹੋਣਗੀਆਂ। ਰੀਅਲੀ ਸੌਰੀ ਭਾਅ ਜੀ, ਜੇ ਆਹ ਚੀਜ਼ਾਂ ਹੁੰਦੀਆਂ ਪਈਆਂ ਸਾਨੂੰ ਲਿਟਰਲੀ ਨਹੀਂ ਸੀ ਪਤਾ ਵੀ ਇਹ ਚੀਜ਼ਾਂ ਇੱਦਾਂ ਹੋ ਜਾਣਗੀਆਂ, ਪਰ ਰੀਅਲੀ ਥੈਂਕ ਯੂ ਫੋਰ ਕਮਿੰਗ ਭਾਅ ਜੀ, ਰੀਅਲੀ ਥੈਂਕ ਯੂ ਯਾਰ, ਦਿਲੋਂ ਭਾਅ ਜੀ ਥੈਂਕ ਯੂ। ਬਹੁਤ ਬਹੁਤ ਧੰਨਵਾਦ ਆ ਤੁਹਾਡਾ। ਬੇਨਤੀ ਹੈ ਬਸ, ਜਿੱਥੇ ਜਗ੍ਹਾ ਮਿਲਦੀ ਹੈ ਬੈਠ ਜਾਓ, ਅਗਲੇ ਸਾਲ ਹੋਰ ਵੱਡੇ ਪ੍ਰਬੰਧ ਕਰ ਦਿਆਂਗੇ। ਅਗਲੇ ਸਾਲ ਮੇਲਾ ਵੀ 2 ਦਿਨਾਂ ਤੋਂ 3 ਦਿਨਾਂ ਦਾ ਕਰ ਦਿਆਂਗੇ, ਅਗਲੇ ਸਾਲ 5-7 ਕਿੱਲਿਆਂ ਦੇ ਵਿੱਚ ਜਿਹੜਾ ਗਰਾਊਂਡ ਬਣਾ ਦਿਆਂਗੇ। ਸੋ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਲੱਕੀ ਡਰਾ ਵੀ ਮਿਲਣਗੇ, ਸਾਰਾ ਕੁਝ ਤੁਹਾਡੇ ਲਈ ਉਹ ਕੀਤਾ ਗਿਆ, ਤੁਹਾਡਾ ਸਤਿਕਾਰ ਹੈ, ਸੰਗਤ ਵੱਡੀ ਹੈ, ਸੰਗਤ ਕਰਕੇ ਹੀ ਸਾਰਾ ਕੁਝ ਹੈ। ਵੀਰੇ ਜੇ ਮੈਂ ਹੁਣ ਤੁਹਾਡੇ ਕੋਲੇ ਇਕੱਲੇ ਇਕੱਲੇ ਦੀ ਆਵਾਜ਼ ਸੁਣਨ ਲੱਗ ਗਿਆ ਫਿਰ ਇੱਦਾਂ ਔਖਾ ਹੋ ਜਾਣਾ। ਬਾਪੂ ਜੀ ਨੂੰ ਨਾ ਤੁਸੀਂ ਮਿਲਦੇ ਹੋ, ਬਿਲਕੁਲ ਬਿਲਕੁਲ, ਇਹਨਾਂ ਨੂੰ ਮੇਰਾ ਭਰਾ ਬਣ ਕੇ ਥੋੜਾ ਜਿਹਾ ਇੱਧਰ ਕਰ ਦਿਓ। ਜਿੰਦਰ ਘੋਤੜਾ ਜੀ, ਸਾਡੇ ਹਰਪ੍ਰੀਤ ਗੋਲਡੀ ਖਾਲਸਾ ਫੌਜੀ ਭਲੱਥ, ਪ੍ਰਭਜੋਤ ਘੁੰਮਣ ਜੋਤੀ ਭਾਜੀ ਉਹਨਾਂ